entonces eso es que yo digo las cosas. Oh!
तिवारी महाराज जी, बहुत खूबसूरत आवाज, बड़ी मिठी ते प्यारी आवाज सी, और क्योंकि मिठिया ते प्यारियां आवाजा होर भी बैठिया ने, अब उन्होंने भी सुनना है। और जोर से खिंच के ताली मारो दादाजी के शाही जन के। ठीक है जी, साडे ओम सरकार साडे विचार ने एक खिच खिच के ताली मारो, काफी खूबसूरत आवाजा बैठिया ने। हजरत गुलाम ओम जी सरकार और नाती नाल दादा के गुलाम सारे इतने बैठे ने, सजोर दे तालियां दे नाल, क्योंकि बाहर गुरु के नहीं होने जरा दस में घर भी जवासा और पढ़ के कितने रह जाइए जिंदगी चाचा मेरा हासा ए पान से जिंदगी जिनी मिली ए मिलती ना और सब अपनी भुल जाइए जिंदगी ए फकीर की सूरत रबनी ज्यादा समय ना लेते हुए तो मैं मिट्टी दे प्यारी आवाज नु सदा दिन जा रहे हैं साडे फिकर तुम वाले यार तुम वाले प्लीज के दसे मिट्टी दे प्यारी सुनी जवान हमारे सुना है आज की महफिल में शहनशाहों की सवारी आई है, अच्छे लोग अपना काम करके चले गए, गुनाहगारों को एक बड़ी ताड़ी ला दो संता मां पर फकीर दे नाल इहदे भन सुख तस्बीह फूक मसल्ला बोल फकीर अल्लाह ही अल्लाह। दुनिया का हर बंदा मंगता, कोई माड़ा कोई चंगा मंगता, दुध मंगे कोई पुत मंगे कोई रिधियां सिधियां बुद्ध मंगे, कोई गहने हार शिंगार मंगे कोई नकदी कोई उधार मंगे, आप मंगण वाली सारी दुनिया देवन वाला करना बोल फकीर अल्लाह। कोई मुस्लिम है कोई हिंदू है कोई सिख ईसाई हिंदू है, कोई फिरदा हाथ बंदूक फड़ी तलवार फड़ी त्रिशूल फड़ी, कोई लुट गया कोई मार गया दा लगया करके वार गया, ये धर्म के ठेकेदारा नु गल पुछिए उत्तर कोई नहीं, कुर्सी के पुत्र सारे ने बंदे का पुत्र कोई नहीं, दे भाषण दे भाषण ना रोटी दे ना राशन होए, असी भाषण सुन सुन थक गए ने ते मरदे पुत्र मावां दे, असी खबरां पढ़ पढ़ अक गए ने ते बढ़ दियां लाशां सिवियां विच असी पत्थरां ताई पक गए, कदे लब्बो गुजरी दे नाल ताई असी अक गए असी थक गए। एक दसवें पातशाह दे नां दे ताड़ी ला दिओ जिन्ना ए मेने दे तिन साडे ओम सिंह जी ओम नूर साईं जी जिन्होंने हर साल दर्शन होंगे ने, क्योंकि अलाही रूप है साईं जी तो ताड़ी के में तरीफ करो को लफ्ज ताड़े जा लगता नहीं, हर चीज ही तत्व हौड़ी है मुझे ताड़ी बराबर लगता है, ताड़े बोलना वे फनियर काले को वो तो फनियर दे वे जहर नहीं, फनियर दा ढंगिया बात जाता जिन्होंने नूर साईं ढंगिया दी खैर नहीं, ਉਹ ਬੀਨ ਵਜਾ ਕੇ ਫੜ ਲਈਦਾ ਪਰ ਇਹਨਾਂ ਅੱਗੇ ਕੁਝ ਵੱਜਦਾ ਨਹੀਂ, ਦੱਸ ਤੁਹਾਡੀ ਕਿਵੇਂ ਤਾਰੀਫ ਕਰਾਂ ਕੋ ਲਫ਼ਜ਼ ਤੇਰੇ ਜਾ ਲਿਖਦਾ। ਹਾਂਜੀ ਦੋ ਚਾਰ ਗੱਲਾਂ ਉਹਦੇ ਬਾਅਦ 'ਚ ਮਾਈਕਲ ਜੀ ਮੇਰਾ ਵੀਰ ਤਰਵੀਰ ਸਾਬਰ ਜਿਹਦੀ ਬਦੌਲਤ ਹਾਜ਼ਰੀ ਲਾਉਣ ਦਾ ਮੌਕਾ ਮਿਲਿਆ। ਹਕੀਕੀ ਮਜਾਜੀ ਥੋੜ੍ਹੀ ਜਿਹੀ ਇੱਕ ਸੱਚੇ ਆਸ਼ਕ ਦੀ ਗੱਲ, ਇੱਕ ਦੁਨਿਆਵੀ ਆਸ਼ਕ ਦੀ ਗੱਲ ਦੁਆਰ ਕਹਿੰਦਾ ਸੁੱਖ ਲੈਣਾ ਜ਼ਿੰਦਗੀ ਚ ਨਾਮ ਵਾਲੀ ਫੇਰ ਮਾਲਾ, ਸੁੱਖ ਲੈਣਾ ਜ਼ਿੰਦਗੀ ਚ ਨਾਮ ਵਾਲੀ ਫੇਰ ਮਾਲਾ, ਪੜ੍ਹਿਆ ਤੂੰ ਕਰ ਗੁਰੂ ਦੀਆਂ ਪੰਜੇ ਬਾਣੀਆਂ। ਸੁੱਖ ਲੈਣਾ ਜ਼ਿੰਦਗੀ ਚ ਨਾਮ ਵਾਲੀ ਫੇਰ ਮਾਲਾ, ਪੜ੍ਹਿਆ ਤੂੰ ਕਰ ਗੁਰੂ ਦੀਆਂ ਪੰਜੇ ਬਾਣੀਆਂ, ਪੰਜ ਹੀ ਤਖਤ ਸਾਂਝੇ ਸਿੱਖੀ ਦੇ ਮਜਾਰਿਆਂ ਦੀ, ਪੰਜ ਹੀ ਕਕਾਰ ਦਿੱਤੇ ਪੁੱਤਰਾਂ ਦੇ ਦਾਨੀਆਂ, ਪੰਜ ਸਿੰਘ ਗੁਰੂ ਜੀ ਨਾਲ ਦਿੱਲੀ ਜੀ ਸ਼ਹੀਦ ਹੋਏ, ਜਾਣਦੇ ਪੰਜਾਬ ਲੋਕੀ ਨਾਲ ਪੰਜਾਂ ਪਾਣੀਆਂ, ਚਾਰ ਕਰਨੀ ਇੱਕ ਨੂੰ ਫੇਰ ਪੰਜ ਹੋ ਗਏ ਇਕੱਠੇ। ਜਦੋਂ ਅੰਤਮ ਸਮੇਂ ਬੰਦਾ ਜਾਂਦਾ ਨਾ ਉਦੋਂ ਚਾਹੁੰ ਨੇ ਚੱਕਿਆ ਆਉਂਦਾ ਪੰਜਾਂ ਸਵਾਰ ਹੁੰਦਾ, ਚਾਰ ਕਰਨੀ ਇੱਕ ਨੂੰ ਫੇਰ ਪੰਜ ਹੋ ਗਏ ਇਕੱਠੇ, ਤੇ ਮੋਹ ਵਾਲ ਭੋਗ ਪਾਉਣਾ ਪੰਜਾਂ ਹੀ ਗਿਆਨੀਆਂ,
ਉਹ ਪੰਜਾਂ ਉਂਗਲਾਂ ਦੇ ਨਾਲ ਚੁਗਣੇ ਨੇ ਫੁੱਲ ਤੇਰੇ ਪੰਜ ਭਾਂਡੇ ਗੁਰੂ ਘਰ ਚਾੜਨੇ ਸਵਾਣੀਆਂ ਨਾਰੀਅਲ ਪ੍ਰਸ਼ਾਦਾ ਅਗਰਬੱਤੀ ਭੇਟਾਂ ਗ੍ਰੰਥੀਆਂ ਦੀ ਇਹਨਾਂ ਪੰਜਾਂ ਬਾਅਦ ਲੋਕੋ ਖਤਮ ਕਹਾਣੀ ਸੋ ਇੱਕ ਤਾੜੀ ਲਾ ਕੇ ਜਾਇਜ਼ ਹੋਇਆ ਉਹ ਇੱਕ ਪਿੰਡ ਵਿੱਚ ਇੱਕ ਫਕੀਰ ਸੀ ਰਹਿੰਦਾ ਹਰ ਕੋਈ ਰੱਬ ਦਾ ਆਸ਼ਕ ਕਹਿੰਦਾ ਇਸ਼ਕ ਹਕੀਕੀ ਦੀਆਂ ਜੋ ਬਾਤਾਂ ਰੋਜ਼ ਸੁਣਾਇਆ ਕਰਦਾ ਉਸੇ ਪਿੰਡ ਦਾ ਇਸ਼ਕ ਮਜਾਜੀ ਗੱਭਰੂ ਬਾਬੇ ਤੋਂ ਸੜਦਾ ਉਹ ਗੱਭਰੂ ਬਾਬੇ ਨੂੰ ਕਹਿੰਦਾ ਉਹ ਪੈਰੋਂ ਨੰਗਾ ਗਲ ਵਿੱਚ ਬਗਲੀ ਮੰਗ ਗੁਜ਼ਾਰਾ ਕਰਦਾ ਆ ਤੂੰ ਕਿਸੇ ਨੂੰ ਕਿਵੇਂ ਦੇਣਾ ਆਪ ਜੀ ਭੁੱਖਾ ਮਰਦਾ ਆ ਲੋਕੀ ਸਾਨੂੰ ਆਸ਼ਕ ਕਹਿੰਦੇ ਇਸ਼ਕ ਅਸੀਂ ਹਾਂ ਕਰਦੇ ਤੇ ਗਲ ਵਿੱਚ ਚੰਗੀ ਕੰਨੀ ਮੁੰਦਰਾ ਉਹ ਲੋਕੀ ਟੌਰ ਸਾਡੀ ਤੇ ਉਹ ਤੁਸੀਂ ਪਾਈਆਂ ਮੁੰਦਰਾਏ ਜੱਗ ਪਰਮਾਉਣ ਲਈ ਅਸੀਂ ਪੜਵਾਏ ਕਾਨੀਆਂ ਨੂੰ ਮਨਾਉਣ ਲਈ ਹੰਕਾਰ ਰਾਜ ਵਾਲਾ ਕੱਚੀ ਕੰਧ ਤੇ ਖੜਾਏ ਤੇਰੀ ਛੋਟੀ ਆਸ਼ਕੀ ਚ ਫਰਕ ਬੜਾ ਤੇਰੀ ਛੋਟੀ ਆਸ਼ਕੀ ਚ ਸੋਹਣੇ ਯਾਰ ਸੋਹਣੇ ਯਾਰ ਸੋਹਣੇ ਯਾਰ
ਬੰਦੀ ਹੋਏ ਫਿਰਦੇ ਆ ਕੁਟਿਆਰ ਦੇ ਕੋਲੋਂ ਪੀਂਦੀ ਏ ਕੋਲੋਂ ਪੀਂਦੀ ਏ ਉਹ ਆਸ਼ਿਕ ਨੇ ਸਮਝਿਆ ਬਾਬਾ ਘਰਾ ਟੇਕੀ ਹੋ ਗਿਆ ਉਹਨੇ ਆਪਣਾ ਤੋਂ ਪੰਜ ਨਜ਼ਰ ਸਰਕਾਰ ਕੀ ਕੀਤਾ ਗਿਆ ਠੇਕੇ ਤੇ ਲੈ ਲਈ ਵਿਸਕੀ ਪੀ ਗਿਆ ਲਾ ਕੇ ਜੀ ਤਾਂ ਤੇ ਕਮਲਿਆਂ ਵਾਂਗੂ ਵਿੱਚ ਗਲੀ ਤੇ ਫਿਰੇ ਮਾਰਦਾ ਚੀਕਾਂ ਫਿਰੇ ਮਾਰਦਾ ਪਿੰਡ ਵਾਲਿਆਂ ਫੜ ਕੇ ਪਹਿਲਾਂ ਕੀਤੀ ਖੂਬ ਪਟਾਈ ਠਾਣੇ ਵਿੱਚੋਂ ਪੁਲਿਸ ਲਾ ਕੇ ਹਵਾ ਰਾਤ ਦਿਖਲਾਈ ਇੰਨੇ ਚਿਰ ਨੂੰ ਬਾਬਾ ਭੰਗੜੇ ਪਾਉਂਦਾ ਆ ਵਿੱਚ ਠਾਣੇ ਦੇ ਆਇਆ ਤੇ ਠਾਣੇਦਾਰ ਨੇ ਆਦਰ ਦੇ ਨਾਲ ਕੁਰਸੀ ਉੱਤੇ ਬਿਠਾਇਆ ਹੁਣ ਆਸ਼ਕ ਅੰਦਰ ਸਿੰਘਾਂ ਦੇ ਤੇ ਬਾਬਾ ਕੁਰਸੀ ਨੇ ਕਹਿੰਦਾ ਬਾਬਾ ਚੱਕਰ ਕੀ ਆ ਅਸੀਂ ਵੀ ਤੁਸੀਂ ਬੀਤੀ ਦੇ ਹੋਣ ਸੁਣਾਪਾ ਸਾਰੇ ਬਣ ਗਏ ਮਿੱਤਰ ਕਹਿੰਦਾ ਅਸੀਂ ਬੀਤੀ ਦੇ ਗਾਲਾਂ ਪਈਆਂ ਨਾਲੇ ਖਾਂਦੇ ਕਹਿੰਦਾ ਚੱਕਰ ਕੀ ਉਹ ਕਹਿੰਦਾ ਚੱਕਰ ਥੋੜਾ ਜਿਹਾ ਹੀ ਆ ਉਹ ਤੇਰੀ ਇੱਕ ਗਲਾਸੀ ਵਿੱਚ ਦੁਨੀਆ ਦਾ ਭਾਵੇ ਸਾਨੂੰ ਦਾ ਪਿਆਲੇ ਮੌਲਾ ਦਿੰਦਾ ਪਾਰੇ ਭਾਵੇਂ ਮੁੱਲ ਤੂੰ ਮੰਗ ਲਾ ਮੇਰੀ ਰੱਤ ਨਿਚੋੜਦਾ ਉਹ ਦੱਸਦੇ ਰੱਬਾ ਕੀ ਲੈਣਾ ਮੇਰੇ ਮਾਪੇ ਮੋੜਦਾ ਦੱਸਦੇ ਰੱਬਾ ਕੀ ਲੈਣਾ ਮੇਰੇ ਮਾਪੇ ਮੋੜਦਾ ਸੋ ਇੰਨੀ ਕੁ ਹਾਜ਼ਰੀ ਕਬੂਲ ਕਰਿਓ ਕਿਉਂਕਿ ਸਾਈਆਂ ਦੇ ਦਰਬਾਰ ਤੇ ਮਹਾਂਪੁਰਖਾਂ ਦੇ ਦਰਬਾਰ ਤੇ ਮੇਰੇ ਵੀਰ ਰਾਜੀ ਮਾਈਕਲ ਜੀ ਆ ਜਾ ਭਰਾ ਕਿਉਂਕਿ ਸਮਾਂ ਕਾਫੀ ਹੋ ਗਿਆ ਤੇ ਰਾਜੀ ਵੀਰ ਨੇ ਵੀ ਆਪਣਾ ਪ੍ਰੋਗਰਾਮ
दिन रात साईं जी बाबा जी ध्यान दो माड़ा जा दिन रात नूं इस तरह कहण लगा कहिंदा तेरा नां काली तूं ऐ रात काली नहीं दिन चढ़दी लोकी उड़ीक करदे दिन चढ़दी लोकी उड़ीक करदे दिनी वसदे यार तूं रात काली रात अगे इस तरह कहण लगी मेरा नां काली मेरी जात काली वे हीर रांझे दी दिना तू दिने लुट्टी सोहनी मिलती नहीं मही वाल नूं रात काली दिन चढ़दे ना मिर्जा परवा दिता कोल साहिबां ते रिहा सी रात काली ओ दिन होवे ते जागदे दुख विकर सुख मिलदा जदों हुंदी ऐ रात काली तस्वीर ना पा लई पर मणका चलता नहीं सच कहा बजुर्गां ने पुत चोरी का बनता नहीं नौ दर तां खुले ने दसवें नूं ढो गए पत्थरां नाल ला ला के असीं पत्थर हो गए मेरा वीर बैकल बहुत ही प्यारा सिंगर आओ जी ये बड़ा सुरीला नाले कंपनी का मालिक है साडी मेरे वीर नाल खड़दे पर धागे नहीं करदे ਵਿੱਚੋਂ ਗਾਣਾ ਤਾਂ ਛੱਡਦਾ ਵਾ
बिल्कुल छोटी जी गल करेगा अल मस्त बाबू लाल बादशाह जी की मस्त बाबा नारायण दास जी की छोटी जी गल करनी है।